ਜਿਹੜਾ ਮੇਰੇ ਦਾਦੇ ਦੀ ਵਿਲਾਇਤ ਚ ਨਾ ਬੋਲਿਆ। ਇੰਜੇ ਸਮਝੋ ਬਈ ਗਦੀਰ ਸੱਜ ਗਈ ਹੈ। ਓ ਤੇਰੇ ਪਾਕ ਦਰ ਦੀ ਗਦਾਗਰੀ, ਤੇਰੇ ਪਾਕ ਦਰ ਦੀ ਗਦਾਗਰੀ, ਮੇਰੀ ਜ਼ਿੰਦਗੀ ਦਾ ਸੂਲੇ। ਕਿਆ ਬਾਤ! ਯਾਲੀ 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 ਜ਼ਿੰਦਗੀਆਂ ਨੇ। ਓ ਤੇਰੇ ਪਾਕ ਦਰ ਦੀ ਗਦਾਗਰੀ, ਤੇਰੇ ਪਾਕ ਦਰ ਦੀ ਗਦਾਗਰੀ, ਮੇਰੀ ਜ਼ਿੰਦਗੀ ਦਾ ਅਸੂਲੇ। ਜੋ ਖਮੀਰ ਵਿੱਚ ਤੇਰਾ ਪਿਆਰ ਨਹੀਂ, ਤਾਂ ਇਹ ਬੰਦਗੀ ਵੀ ਫਜ਼ੂਲ ਹੈ। ਕਿਆ ਬਾਤ! ਪਾੜੀਆਂ ਦੁਨੀਆਂ ਬਹੁਤ ਮਿਹਰਬਾਨੀ ਜੀਓ ਪਏ ਸ਼ੇਰ ਬਾਬਾ ਜੀ, ਮੈਂ ਤੁਹਾਨੂੰ ਵੇਖਦਾ ਪਿਆ ਸ਼ੇਰ ਮੈਂ ਸੁਣਾਉਣ ਲੱਗਾ ਤੁਹਾਡੇ ਵਾਸਤੇ, ਤੁਹਾਡਾ ਸਿਰ ਹੀ ਨਹੀਂ ਹਿਲਦਾ ਪਿਆ। ਕੋਈ ਬੋਲੇ ਕਰੋ, ਤੁਹਾਡੇ ਡਾਢੇ ਦੇ ਫਜ਼ਾਇਲ ਨੇ, ਮੈਂ ਕੋਈ ਆਪਣਾ ਤਾਂ ਨਹੀਂ ਬਿਆਨ ਕਰਦਾ। ਅਲੀ ਬਾਦਸ਼ਾਹ ਨੂੰ ਮਾਨ ਨੋ ਮੰਦਾ ਤਾਂ ਬਾਤ ਇੱਥੇ ਕੀ ਲੈਣ ਆਉਂਦਾ? ਆ ਮੇਰੇ ਕੋਲ ਸੁਣ ਫਜ਼ਾਇਲ ਅਮੀਰ ਮੋਮਿਨੀਨ, ਉਹ ਆਦੀ ਹੈ ਮੈਂ ਦੱਸਦੀਆਂ ਸ਼ੀਆਂ ਸੁਣੀਆਂ ਨੂੰ, ਜੋ ਸਦੀਕ ਅਕਬਰ ਕੌਣ ਹੈ, ਫਾਰੂਕ ਆਦਮ ਕੌਣ, ਵਾਰਿਸ ਕਾਇਨਾਤ ਕੌਣ, ਹਕੀਕੀ ਵਾਰਿਸ ਕੌਣ ਹੈ, ਪੇਸ਼ਵਾ ਕੌਣ ਹੈ, ਇਮਾਮ ਕੌਣ ਹੈ? ਤੂੰ ਅਮੀਰ ਹੈ, ਤੂੰ ਇਮਾਮ ਹੈ, ਤੂੰ ਅਮੀਰ ਹੈ। ਬਹੁਤ ਮਿਹਰਬਾਨੀ ਜਿੰਨੀਆਂ ਦਰਾਜ਼ੋਂ ਨੇ ਜੀਓ ਪਏ, ਕੋ ਲੁਤਫ ਹੈ। ਤੂੰ ਅਮੀਰ ਹੈ, ਤੂੰ ਇਮਾਮ ਹੈ, ਤੂੰ ਖੁਦਾ ਦਾ ਪਾਕ ਕਲਾਮ ਹੈ। ਨੋ ਹੁਸੈਨ ਤੇਰਾ ਵੀਰ ਪਾਕ ਰਸੂਨ ਹੈ। ਆਬਾਦ ਸ਼ਾਦ ਰਹੋ ਭਾਈ। ਇੱਕ ਸ਼ੇਰ ਪੜ ਲਿਆ ਹੈ, ਦੋ ਬਾਕੀ ਹੈ ਔਰ ਕਮਾਲ ਦੀਆਂ ਸਤਰਾਂ। ਬਲਕਿ ਮੈਂ ਹਰ ਜਾ ਤੇ ਮੋਮਨਾਂ ਨੂੰ ਦੱਸਿਆ ਨਾ, ਅਸਾਂ ਕਿਉਂ ਕਿਸੇ ਨਾਲ ਲੜਨਾ, ਕਹਿੰਦਾ ਸਾਨੂੰ ਕੋਈ ਲੋੜ ਹੈ? ਲੜਾਈ ਹੁੰਦੀ ਹੈ ਆਪਣੇ ਜੀਆਂ ਨਾਲ, ਇਹਨਾਂ ਜਿਹਾ ਖਾਲਕ ਬਣਾਏ ਕੋਈ ਨਹੀਂ। ਅਸਾਂ ਕਹਿੰਦੇ ਨਾਲ ਆਲੇ ਮੁਹੰਮਦ ਦਾ ਤਕਾਬਲ ਕਰੀਏ, ਨਜ਼ਰ ਹੀ ਕੁਰਾਨ ਦੀ ਕਿਸਮ ਕੋਈ ਨਹੀਂ ਆਉਂਦਾ। ਆ ਸੌਣ ਕਾਇਨਾਤ ਦੇ ਹਬੀਬ ਫਰਮਾਇਆ ਹੈ, ਮੇਰੇ ਬਿਲਾਲ ਦੀ ਮੁਹੱਬਤ ਗੁਨਾਹਾਂ ਨੂੰ ਇੰਝ ਖਾ ਵੈਂਦੀ ਹੈ ਜਿਵੇਂ ਖੁਸ਼ਕ ਲੱਕੜੀ ਨੂੰ ਅੱਗ ਖਾ ਵੈਂਦੀ। ਬੋਲੋ ਯਾਰ, ਹੁਣ ਮੈਂ ਆਪਣੇ ਕੋਲੋਂ ਆਦਾ ਪਿਆ, ਆਦੀ ਸੇ ਰਸੂਲ ਹੈ। ਕਬੜੀ ਤੁਸੀਂ ਤਾਂ ਵਜੋ ਜੋ ਮੈਂ ਆਪਣੇ ਕੋਲ ਹਦੀਸ ਘੜੀ ਬਣਾਉਂ, ਮਗਰ ਨਹੀਂ। ਦੂਸਰਾ ਫਰਮਾਨ ਹੁਣ ਵੱਧ ਚਿਹਰੇ ਪੜਸਾਂ, ਵੱਧ ਮੇਰੇ ਮੁਰਸ਼ਿਦ ਫਰਮਾਇਆ, ਉਸ ਵੇਲੇ ਤਾਈਂ ਕੋਈ ਬੰਦਾ ਪੁੱਲੇ ਸਿਰਾ ਤੂੰ ਨਹੀਂ ਟੱਪ ਸਕਦਾ ਜਦ ਤੱਕ ਮੇਰੇ ਬਿਲਾਲ ਦੀ ਮੁਹੱਬਤ ਵਾਲੀ ਮੋਹਰ ਸ਼ਾਬਾਸ਼ ਨਹੀਂ ਲੱਗੀ ਹੋਣੀ। ਕੋਈ ਅਮਲ ਕਾਬਲੇ ਕਬੂਲ ਨਹੀਂ। ਵਜ੍ਹਾ ਕਿਆ ਹੈ? ਅਲੀ ਬਾਦਸ਼ਾਹ ਦੇ ਨਾਲ ਮੁਹੱਬਤ ਰੱਖ, ਮੁਹੱਬਤ ਨਹੀਂ ਮੁਹੱਬਤ ਰੱਖ। ਬਰੋਦੇ ਮੈਂ ਸ਼ਰਿਕ ਤੋਲਾ ਟੁਰਸੀ ਨਾ ਨਹੀਂ ਚਾਵਣ, ਪੁਲਿਸ ਰਾਤ ਤੇ ਆਸੇ ਨਾ ਆਵਾਜ਼ ਗੁਜ਼ਰਾਤੇ ਸੀ, ਰੋਕੋ ਰੋਕ ਕੇ ਵੈਸੇ ਫਰਿਸ਼ਤੇ ਪੁੱਛਣ ਕਿਤੇ। ਉਹਨਾਂ ਆਖਿਆ ਜੀ ਜੰਨਤ 'ਚ ਰਾਹ, ਜੰਨਤ 'ਚ ਨਹੀਂ ਵਹਿੰਦਾ। ਉਹਨਾਂ ਆਖਿਆ ਵਹਿੰਦਾ ਤਾਂ ਇਹ, ਮਗਰ ਅੱਜ ਤੁਸੀਂ ਅੰਨੇ ਹੋਏ ਵਧੇ, ਇਹ ਤੁਹਾਡਾ ਰਾਹ ਨਹੀਂ। ਉਹਨਾਂ ਆਖਿਆ ਸਾਡਾ ਕੋਈ ਹੋਰ ਰਾਹ ਵਹਿੰਦਾ? ਉਹਨਾਂ ਆਖਿਆ ਜੀ ਬਿਲਕੁਲ, ਆ ਮਾਲਨਾਮੇ ਚੈੱਕ ਕਰਾਓ। ਉਹਨਾਂ ਉਹ ਗੱਡਾਂ ਲਾਹੀਆਂ, ਪੰਡਾਂ ਜਿਹੜੀਆਂ ਭਰੀਆਂ ਹੋਈਆਂ ਨਾਲ ਆ ਮਾਲਨਾਮੇ ਦੀਆਂ,
نمازاں انہاں کے چیک کرو، صرف چیک نہ کرو، ہے آئینہ ویکھو، ساڈے محراب ویکھو، متھے گھس گئے، نمازاں روزے حج زکات انہاں کے جڑے او وکھرے رجسٹر ہیں نا، او پوری پنڈ بدھی پئی ہے نا، او اے چیک کرو، ایدے وچ جہاد ہے نا. ملائکہ کہ کوئی وکھرا جہاد کیتا؟ انہاں کہ جی بالکل الگ تھلگ. انہاں کہ کیویں؟ ملائکہ دے پاسے دیکھے دن حملے تے خالی حملے نان، خود کش حملے. کیا بات ہے، بم بلاسٹ، خود کش حملے، بم بلاسٹ. انہاں کہ جتھے جتھے ذکر حسین ہوندا ہے، ذکر مصطفیٰ ہوندا ہے، جتھے ذکر علی ہوندا ہے، اتھے حملے کریں دے آئے سے. میں نے قرآن دی قسم ہے، انہوں سارے اعمال نامے چک کر کے زمین تے سٹے. انہاں کیا اگ لاؤ، اگ لاؤ، اگ لاؤ. انہاں کے ساری نمازاں، ساڑے روزے، ساڑیاں نمازاں، ساڑے متھے، ساڑے گٹے، ساڑیاں نمازاں، ساڑیاں عبادتاں. ملائکہ نے جھنک دی تھی، دیا کہ کیا ہے؟ جو عبادتاں دا جواد ہے، او جن دا نام اصل نماز ہے. واترے چکا لے ہوں تھوڑی زندگی اندر آ رہا ہوں تے ماں حسین دی تو زیادہ. یا علی یا علی مست، یا میں یہ شعر جتھے پڑھدا میں پہلے سمجھا نا، کیونکہ ویڈیو ہو رہی ہے، سپیکر بھی کھلا ہے، ایجنسیاں والے لوگ پھر دے ودے حسین، ٹیپاں ہو رہی ہیں آج کل ساڑی. بھئی یہ کی آدھے اسا آدھے تو کچھ بھی کسی نے پتہ نہیں بنے نے تکلیف کیڑی، کدی چھیڑے یا کدی کسی نے آدھن شیعہ جڑے ہیں شیعہ، اے صحابہ نہیں مندے، صحابہ اکرام بولو نہیں مندے. میں امام حسین علیہ السلام دے ممبر تے کھڑا، میں تواڈی قوم دا ایک ذمہ دار فرد ہاں، ذمہ داری نال میں توحید دی قسم چاہ کے پیادا ہوں، میں نو خالق دی قسم، میں نو نبی دی نبوت دی قسم، میں نو خانہ خدا دی قسم. جی میں اسا منے آئیں ان منے آئیں کہیں نہیں، جی میں صحابہ نو اسا منے آئیں ان کہیں نہیں منے آئیں. پوچھو سیدادہ کی میں منے آئیں، او دے نام تے وی سلام ہے، او جڑا سیدادہ غلام ہے. میں بسم اللہ کروں، نو کرا بابا بہت مہربان. بہت مہربانی، آباد و شاد رہو. نو کرا اوندے نام تے چاچا جی وی سلام ہے، او جڑا سیدہ غلام ہے، او وہ صحابی رسول دا جتھ راضی سین بطول.